ਤੁਸੀਂ ਪਰਮਟ ਦੇ ਲਗਵਾ ਲੈਣੇ ਆ ਰੀ ਹੈਰਿੰਗ ਕਰਵਾ ਲੈਣੀ ਹੈ ਕਿਸੇ ਦੀ ਹੋਣੀ ਹੈ ਕਿਸੇ ਦੀ ਨਹੀਂ ਹੋਣੀ ਉਹ ਤਾਂ ਚਲੋ ਬਾਅਦ ਦੀ ਗੱਲ ਹੈ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹਦੇ ਵਿੱਚ ਇੱਕ ਮੋਸਟ ਇੰਪੋਰਟੈਂਟ ਫੈਕਟਰ ਜਿਹੜਾ ਕਿ ਅੱਜ ਤੱਕ 100 ਦੇ ਵਿੱਚੋਂ ਅਰਾਊਂਡ 80% ਬੰਦਿਆਂ ਨੂੰ ਪਤਾ ਨਹੀਂ 20% ਬੰਦਿਆਂ ਨੂੰ ਪਤਾ ਹੋਵੇ ਜਿਹਨੂੰ ਪਤਾ ਗਿਆਨਾਂ ਝਾੜਿਓ ਕਿ ਇੰਸ਼ੋਰੈਂਸ ਹੁੰਦਾ ਹੈ ਪਰਮਟ ਦੇ ਨਾਲ ਨਾਲ ਮੰਨ ਲਓ ਕਿਸੇ ਨੇ ਮੇਰੇ ਕੋਲੋਂ ਕੰਮ ਕਰਵਾਇਆ ਕਿਸੇ ਨੇ ਬਾਹਰੋਂ ਕੰਮ ਕਰਵਾਇਆ ਉਹਦੇ ਵਿੱਚ ਇੰਸ਼ੋਰੈਂਸ ਮਿਲਦਾ ਹੈ 2 ਲੱਖ ਦਾ 3 ਲੱਖ ਦਾ 4 ਲੱਖ ਦਾ 5 ਲੱਖ ਦਾ ਜਿੰਨੀ ਤੁਹਾਡੀ ਕੈਪੈਸਿਟੀ ਹੈ ਮੈਂ ਚਲੋ ਆਪਣੀ ਐਗਜ਼ਾਮਪਲ ਦਿੰਦਾ ਮੇਰੇ ਕੋਲ ਤਿੰਨ ਇੰਸ਼ੋਰੈਂਸ ਹੈ ਸਭ ਤੋਂ ਪਹਿਲਾਂ ਮੇਰਾ ਕੰਪਨੀ ਵੱਲੋਂ ਇੰਸ਼ੋਰੈਂਸ ਹੈ ਇੱਕ ਮੈਂ ਖੁਦ ਕਰਵਾਇਆ ਹੋਇਆ ਇੱਕ ਆਕਟਾਫੈਕਸ ਵੱਲੋਂ ਹੋਇਆ ਵਾ ਮੈਨੂੰ ਕਿਉਂਕਿ ਇਹ ਚ ਇਨਵੈਸਟਮੈਂਟ ਹੈ ਇੱਕ ਡਿਫਰੈਂਟ ਮੈਟਰ ਆ ਉਹਨੂੰ ਛੱਡ ਦਿੰਨੇ ਆ ਹੁਣ ਆਨੇ ਤੁਹਾਡੇ ਦੇ ਜਿਸ ਵਕਤ ਵੀ ਤੁਸੀਂ ਉਹ ਪਰਮਟ ਲਗਵਾ ਲਿਆ ਕਿਸੇ ਤੋਂ ਵੀ ਲਗਵਾ ਲਿਆ ਤੁਸੀਂ ਹਸਪੀਟਲਾਈਜ਼ ਹੋ ਜੰਨੇ ਆ ਤੁਸੀਂ ਕਿਸੇ ਪਾਸੇ ਬਿਮਾਰੀ ਚ ਹੋ ਜੰਨੇ ਜਾਂ ਬੰਦਾ ਕੋਈ ਮਾਰ ਹੀ ਜਾਂਦਾ ਹੈ ਪੈਸੇ ਕਮਾ ਰਹੇ ਆ ਪੈਸੇ ਉਜਾੜ ਰਹੇ ਆ ਜਾਂ ਪੈਸੇ ਬਣਾ ਰਹੇ ਆ ਜਾਂ ਤੁਸੀਂ ਘਰੇ ਭੇਜ ਰਹੇ ਆ ਉਹ ਡਿਫਰੈਂਟ ਮੈਟਰ ਆ ਉਹਨੂੰ ਛੱਡ ਦਿਓ ਉਹ ਗੱਲਾਂ ਇੱਕ ਲੈਦਾ ਮੈਟਰ ਹੋ ਗਈਆਂ ਹੁਣ ਕੀ ਸੀਨ ਹੈ ਕਿ ਤੁਹਾਡੇ ਕੋਲੇ ਪੈਸੇ ਨਹੀਂ ਬਚਦੇ ਇਲਾਜ ਕਰਵਾਉਣ ਦੇ ਖਾਤਰ ਫਿਰ ਗਰੁੱਪਾਂ ਦੇ ਵਿੱਚ ਵੀਡੀਓ ਆਉਂਦੀਆਂ ਬਾਈ ਸਾਡੀ ਮਦਦ ਕਰ ਦਿਓ ਬਾਈ ਸਾਡੀ ਮਦਦ ਕਰ ਦਿਓ ਹੁਣ ਇਹ ਵੀਡੀਓ ਨੂੰ ਮੈਂ ਦੂਜੇ ਤਰੀਕੇ ਨਾਲ ਵੀ ਬੋਲ ਸਕਦਾ ਉਹ ਜਿਹੜਾ ਪਾਕਿਸਤਾਨ ਵਾਲਾ ਨਹੀਂ ਸ਼ਾਹਿਦ ਅਨਵਰ ਉਹਦੇ ਵਾਂਗੂ ਐ ਗਰੀਬੋ ਉਹਨੇ ਬੋਲ ਕੇ ਵੀ ਮੈਂ ਕਰ ਸਕਦਾ ਪਰ ਮੈਂ ਉਹਦਾ ਨਹੀਂ ਤੁਹਾਨੂੰ ਡੀਮੋਟੀਵੇਟ ਨਹੀਂ ਕਰਨਾ ਚਾਹੁੰਦਾ ਗਰੀਬੋ ਬੋਲ ਕੇ ਹਨ ਕਿਉਂਕਿ ਯਾਰ ਦਰਦ ਹੁੰਦਾ ਹਰੇਕ ਨੂੰ ਕਿ ਯਾਰ ਵੀ ਇਹ ਇਹ ਕਿਹੜਾ 20 ਰੁਪਏ ਜਾਂ 100 ਦੀ ਔਲਾਦ ਹੈ ਹਨਾ ਓਕੇ ਗੱਲ ਇਹ ਹੈਗੀ ਆ ਕਿ ਕਿਸੇ ਵੀ ਗਰੁੱਪ ਦੇ ਵਿੱਚ ਵੀਡੀਓ ਪਵਾਉਣ ਨਾਲੋਂ ਚੰਗਾ ਕਿਸੇ ਵੀ ਗਰੁੱਪ ਦੀ ਜਾਂ ਕਿਸੇ ਵੀ ਚੰਗੇ ਜਾਂ ਮਾੜੇ ਬੰਦੇ ਦੀ ਮਦਦ ਲੈਣ ਨਾਲੋਂ ਚੰਗਾ ਖੁਦ ਆਪ ਆਪਣੀ ਮਦਦ ਕਰੋ 1 ਸਾਲ ਦਾ 200 300 ਰਿੰਗਟ ਐਕਸਟਰਾ ਦੇਣਾ ਪੈਂਦਾ 300 ਰਿੰਗਟ ਐਕਸਟਰਾ ਦੇਣਾ ਪੈਜੂਗਾ 3 ਲੱਖ ਰਿੰਗਟ ਦੀ ਤੁਹਾਡੀ ਇੰਸ਼ੋਰੈਂਸ ਹੋ ਜਾਣੀ ਹੈ 3 ਲੱਖ ਰਿੰਗਟ ਦੀ ਮੇਰੀ ਖੁਦ ਦੀ 5 ਲੱਖ ਦੀ ਇੰਸ਼ੋਰੈਂਸ ਹੈ ਮੈਡੀ ਕਲੇਮ ਵੱਖਰਾ ਜਿਹੜਾ ਕਿ 20000 ਰਿੰਗੜ ਤੱਕ ਤੁਹਾਨੂੰ ਟੈਨਸ਼ਨ ਫਰੀ ਹੋ ਜਾਣਾ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਨਹੀਂ ਕਿ ਤੁਸੀਂ ਬਿਮਾਰ ਹੋਗੇ ਕਿ ਤੁਹਾਨੂੰ ਪੈਸੇ ਮਿਲ ਗਏ ਜਾਂ ਤੁਹਾਡਾ ਇੰਸ਼ੋਰੈਂਸ ਪੂਰੀ ਆਪਣਾ ਇਲਾਜ ਫਰੀ ਹੋ ਗਿਆ ਇਹਦਾ ਇੱਕ ਫਾਇਦਾ ਹੋਰ ਵੀ ਹੈ ਜਾਪਾਨ ਸਾਊਥ ਕੋਰੀਆ ਯੂਰਪ ਕਿਸੇ ਪਾਸੇ ਵੀ ਤੁਸੀਂ ਜਾਣਾ ਹੈ ਤੁਹਾਡਾ ਵੀਜ਼ਾ ਲਗਵਾਉਣ ਦੇ ਵਿੱਚ ਉਹੀ ਇੰਸ਼ੋਰੈਂਸ ਨੇ ਤੁਹਾਡੀ ਮਦਦ ਕਰਨੀ ਹੈ ਨਵਾਂ ਹੀ ਛੋੜੇਸ ਵੀ ਲੈ ਸਕਦੇ ਆ ਪਰ ਉਹ ਵਾਲੇ ਇੰਸ਼ੋਰੈਂਸ ਨਹੀਂ ਵੀ ਕੰਮ ਆਉਣਾ ਹੈ ਮੋਸਟ ਇੰਪੋਰਟੈਂਟ ਇਹ ਗੱਲਬਾਤ ਨੂੰ ਧਿਆਨ ਚ ਰੱਖ ਲਿਓ ਕਿ ਜੇਕਰ ਕੋਈ ਬੰਦਾ ਸਸਤਾ ਦੇ ਰਿਹਾ ਵੀਜ਼ਾ ਮਾਰਕੀਟ ਦੇ ਵਿੱਚ ਤਾਂ ਇਹਦਾ ਮਤਲਬ ਇਹ ਨਹੀਂ ਉਹ ਤੁਹਾਡਾ ਫਾਇਦਾ ਕਰ ਰਿਹਾ ਇਹਦਾ ਮਤਲਬ ਇਹ ਹੋ ਗਿਆ ਕਿ ਸਭ ਲਚਕੜਾਚ ਹੁੰਦੀ ਹੈ ਐਡਡ ਵਾਲੇ ਇੰਸ਼ੋਰੈਂਸ ਵੀ ਲੱਗ ਜਾਂਦੇ ਆ ਤੇ ਬਾਕੀ ਸਾਰੇ ਸਿਆਣੇ ਆ ਜਿਹੜੇ ਬੰਦੇ ਥਾਈਲੈਂਡਾਂ ਤੋਂ ਬਾਰਡਰ ਆ ਕਰਾਸ ਕਰਕੇ ਕੰਮ ਤਾਂ ਉਹਨਾਂ ਦਾ ਵੀ ਹੋ ਹੀ ਜਾਂਦਾ ਹੈ